ਦਰ ਦੇ ਉੱਤੇ ਮੱਥੇ ਟੇਕ ਕੇ ਤੈਨੂੰ ਕਿਵੇਂ ਮੰਗਿਆ, ਕਿਵੇਂ ਲਿਆ ਵਾ। ਤੂੰ ਕਹਿਣਾ ਬਾਪੂ ਹੁਣ ਤੈਨੂੰ ਪਤਾ ਕੀ ਆ, ਲੈ ਦੱਸ ਤੂੰ ਤਾਂ 70-72 ਹੋ ਗਿਆ, ਮਾਂ ਤੂੰ ਗੱਲਾਂ ਕਿਹੜੀਆਂ ਕਰਦੀ ਹੈ। ਨਹੀਂ, ਸਰਵਣ ਦੀ ਮਾਤਾ ਪਿਤਾ ਜੋਤਸ਼ੀਆਂ ਕੋਲ ਮਹਾਂਪੁਰਖਾਂ ਦੇ ਪਾਸ ਪੁੱਤਰ ਦਾ ਇਸ ਜਨਮ ਵਿੱਚ ਕਹਿੰਦੇ ਨਹੀਂ, ਤੁਸੀਂ ਇੰਨੇ ਜਨਮ ਪੁੱਤ ਤੁਹਾਡੇ ਕਰਮਾਂ ਵਿੱਚ ਹੀ ਹੈ ਨਹੀਂ। ਕਹਿੰਦੇ ਨਹੀਂ, ਜੋ ਮਰਜ਼ੀ ਹੋ ਜਾਵੇ ਕਿਰਪਾ। ਅਤੇ ਸਾਧ ਸੰਗਤ ਜੀ, ਸਤਿਪੁਰਖਾਂ ਨੇ ਆਖਿਆ ਸੀ ਫਿਰ, ਕਹਿੰਦੇ ਪੁੱਤ ਤਾਂ ਮਿਲ ਜੂਗਾ, ਕਹਿੰਦੇ ਪਰ ਉਹਨੂੰ ਦੇਖ ਨਹੀਂ ਸਕਦੇ ਤੁਸੀਂ, ਉਹਦੇ ਬਦਲੇ 4 ਅੱਖਾਂ ਦੇਣੀਆਂ ਪੈਣੀਆਂ ਨੇ ਤੁਹਾਨੂੰ। 2 ਮਾਂ ਦੀਆਂ, 2 ਪਿਓ ਦੀਆਂ ਪੁੱਤ ਨੇ ਜਨਮ ਲੈ ਲਿਆ, ਦੋਵੇਂ ਸਾਧ ਸੰਗਤ ਜੀ ਅੰਨੇ ਹੋ ਗਏ ਸੀਗੇ, ਦੋਵੇਂ ਸਾਧ ਸੰਗਤ ਜੀ। ਅੱਜ ਥੋੜ੍ਹਾ ਵੱਡਾ ਹੁੰਦਾ ਪੁੱਤ ਕਹਿੰਦਾ ਮਾਂ ਲੈ ਨਾ। ਸਾਧ ਸੰਗਤ ਜੀ ਉਹ ਇਹ ਗੱਲ ਭੁੱਲ ਜਾਂਦਾ ਵੀ ਇੱਕ ਦਿਨ ਇਹ ਸਮਾਂ ਮੇਰੇ 'ਤੇ ਵੀ ਆਉਣਾ। ਇੱਕ ਸਾਧ ਸੰਗਤ ਜੀ ਕਿਸੇ ਨੇ ਆਪਣੀ ਲਿਖੀ ਆ ਹੱਡ ਬੀਤੀ, ਉਹਨੇ ਸੁਰਿੰਦਰ ਕਰਕੇ ਆਪਣਾ ਨਾਮ ਲਿਖਿਆ, ਕਹਿੰਦਾ ਸੁਰਿੰਦਰ ਮੇਰਾ ਨਾਮ, ਮੈਂ ਆਪਣੀ ਹੱਡ ਬੀਤੀ ਲਿਖਦਾ ਵਾਂ। ਕੀ ਲਿਖਿਆ ਉਹਨੇ? ਕਹਿੰਦੇ ਸਾਧ ਸੰਗਤ ਜੀ ਮੈਂ ਆਪਣੇ ਪਿਓ ਨੂੰ ਤਾਂ ਕਦੇ ਦੇਖਿਆ ਨਹੀਂ, ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ, ਕੁਛੜੋ ਨਾ ਲਾਹੁੰਦੀ, ਬੜਾ ਪਿਆਰ ਕਰਦੀ, ਬੜਾ ਪ੍ਰੇਮ ਦਿੱਤਾ ਮੈਂ ਸਾਧ ਸੰਗਤ ਜੀ। ਪਰ ਜਿਉਂ ਹੀ ਵੱਡਾ ਹੋਇਆ ਥੋੜ੍ਹਾ ਜਿਹਾ, ਮਾਂ ਨੇ ਮੈਨੂੰ ਸਕੂਲ ਪੜ੍ਹਨ ਲਾ ਦਿੱਤਾ, ਬੱਚਿਆਂ ਨਾਲ ਖੇਡਦਾ, ਅਤੇ ਮੈਨੂੰ ਜਦੋਂ ਬਾਹਰਲੀ ਹਵਾ ਮਿਲੀ ਨਾ, ਬਾਹਰੋਂ ਪਤਾ ਲੱਗਿਆ, ਅਤੇ ਮੇਰੀ ਮਾਂ ਸੋਹਣੀ ਨਹੀਂ ਸੀ, ਉਹਦੇ ਇੱਕ ਅੱਖ ਸੀ, ਇੱਕੋ ਹੀ ਅੱਖ ਸੀ ਸਾਧ ਸੰਗਤ ਜੀ, ਇੱਕ ਨੇਤਰ ਹੈ ਨਹੀਂ ਸੀ, ਥੋੜ੍ਹਾ ਕਰੂਪ ਸੀ ਚਿਹਰਾ। ਜਦੋਂ ਬੱਚਿਆਂ ਵਿੱਚ ਮੈਂ ਖੇਡਦਾ ਹੋਣਾ ਨਾ, ਕਹਿੰਦਾ ਮੇਰੀ ਮਾਂ ਨੇ ਮੈਨੂੰ ਲੈਣ ਆਉਣਾ, ਅਤੇ ਬੱਚਿਆਂ ਨੇ ਆਖਣਾ, ਮੈਨੂੰ ਮਜ਼ਾਕ ਕਰਨਾ, ਉਹ ਤੇਰੀ ਮਾਂ ਕੈਸੀ ਹੈ, ਮੈਨੂੰ ਬੜਾ ਔਖਾ ਲੱਗਣਾ, ਮੈਂ ਮਾਂ ਨੂੰ ਕਹਿ ਦੇਣਾ ਮਾਂ ਮੈਨੂੰ ਲੈਣ ਨਾ ਆਇਆ ਕਰ, ਆਖੋ ਸਤਨਾਮ, ਤੇਰੇ ਕਰਕੇ ਮੇਰੀ ਬੇਇੱਜ਼ਤੀ ਹੁੰਦੀ ਹੈ। ਸਾਧ ਸੰਗਤ ਜੀ ਨੇ 9 ਮਹੀਨੇ ਆਪਣੇ ਪੇਟ ਦੇ ਵਿੱਚ ਰੱਖਿਆ, ਤੇਰੇ ਕਰਕੇ ਸਕੂਲ ਵਿੱਚ ਜਦ ਕਿਤੇ ਸੱਦਣਾ ਮਾਪਿਆਂ ਮਾਂ ਨੂੰ, ਬਾਕੀਆਂ ਦੇ ਮਾਪਿਆਂ ਨੇ ਆਉਣਾ, ਜਦੋਂ ਮੇਰੀ ਮਾਂ ਨੇ ਆਉਣਾ, ਬੱਚਿਆਂ ਨੇ ਮੈਨੂੰ ਮਜ਼ਾਕ ਕਰਨਾ, ਅਤੇ ਮਾਂ ਨੂੰ ਮੈਂ ਤਾੜ ਦੇਣਾ, ਹਲੇ ਛੋਟਾ ਹੀ ਹੁੰਦਾ ਸੀ, ਮਾਂ ਤੂੰ ਆਉਣਾ ਨਹੀਂ। ਸਾਧ ਸੰਗਤ ਜੀ ਸਮਾਂ ਲੰਘਦਾ ਗਿਆ, ਪ੍ਰਾਇਮਰੀ ਪਾਸ ਕਰ ਲਈ ਕਹਿੰਦੇ ਪਿੰਡ ਦੇ ਮੇਰਾ ਸਕੂਲ ਸੀ, ਮਿਡਲ ਪਾਸ ਕਰ ਲਈ, ਮੈਂ ਥੋੜ੍ਹਾ ਅੱਗੇ ਸ਼ਹਿਰ ਨੂੰ ਚਲਿਆ ਗਿਆ। ਮਾਂ ਕਹਿੰਦੀ ਪੁੱਤ ਕੋਈ ਗੱਲ ਨਹੀਂ, ਮੈਨੂੰ ਫਿਰ ਉਹਨੇ ਘਰ ਆ ਕੇ ਛਾਤੀ ਨਾਲ ਲਾ ਲੈਣਾ, ਉਹ ਮੇਰੇ ਲਾਲ ਜਦੋਂ ਤੱਕ ਤੂੰ ਦੇਖਦਾ ਨਹੀਂ ਨਾ। ਸਾਧ ਸੰਗਤ ਜੀ ਮੈਨੂੰ ਰੋਟੀ ਨਹੀਂ ਚੰਗੀ ਲੱਗਦੀ, ਮੈਨੂੰ ਚੈਨ ਨਹੀਂ ਆਉਂਦਾ। ਕੋਈ ਗੱਲ ਨਹੀਂ, ਜੇ ਤੈਨੂੰ ਇਹਦੇ ਵਿੱਚ ਖੁਸ਼ੀ ਆ, ਮੈਂ ਤੈਨੂੰ ਨਹੀਂ ਲੈਣ ਆਇਆ ਕਰੂੰ, ਤੇਰੇ ਦੋਸਤਾਂ ਵਿੱਚ ਤੈਨੂੰ ਮਿਲਦੀ ਨਹੀਂ ਗੀ। ਆਖੋ ਸਤਨਾਮ, ਠੀਕ ਆ। ਕਹਿੰਦਾ ਫਿਰ ਮੇਰੇ ਮਨ ਵਿੱਚ ਉਹ ਲਿਖ ਰਿਹਾ ਆਪਣੀ ਹੱਡ ਬੀਤੀ, ਕਹਿੰਦਾ ਮੇਰੇ ਮਨ ਵਿੱਚ ਆਇਆ ਵੀ ਮੈਂ ਆਪਣੀ ਮਾਂ ਤੋਂ ਨਾ, ਮੇਰੀ ਮਾਂ ਮੇਰਾ ਖਿਹੜਾ ਹੀ ਨਹੀਂ ਛੱਡਦੀ। ਸਾਧ ਸੰਗਤ ਜੀ ਕਹਿੰਦਾ ਸ਼ਹਿਰ ਪੜ੍ਹਨ ਲੱਗ ਗਿਆ, ਕਾਲਜ ਚਲਿਆ ਗਿਆ, ਅਤੇ ਉੱਥੇ ਹੀ ਮੈਂ ਹੌਲੀ ਹੌਲੀ ਵਿਆਹ ਕਰਾ ਲਿਆ, ਮਾਂ ਨੂੰ ਦੱਸਿਆ ਹੀ ਨਹੀਂ ਗਾ। ਆਖੋ ਸਤਨਾਮ। ਓਏ ਮਾਪਿਆਂ ਦੇ ਕਿੰਨੇ ਚਾਅ, ਸਾਧ ਸੰਗਤ ਜੀ ਕਿਵੇਂ ਪਾਣੀ ਵਾਰੂੰ, ਆ ਆ ਚਾਹ, ਆ ਆ ਆ ਕਰਨਾ, ਅਤੇ ਹੌਲੀ ਹੌਲੀ ਮਾਂ ਨੂੰ ਦੱਸ ਦਿੱਤਾ। ਮਾਂ ਨੇ ਫਿਰ ਕੋਈ ਗੱਲ ਨਹੀਂ ਪੁੱਤ, ਤੇਰੀ ਖੁਸ਼ੀ ਚਾਹੀਦੀ ਆ, ਮੇਰਾ ਪੁੱਤ ਖੁਸ਼ ਚਾਹੀਦਾ। ਸਾਧ ਸੰਗਤ ਜੀ ਕਹਿੰਦੇ ਫਿਰ ਮੈਂ ਪਿੰਡ ਆਉਣਾ ਹੀ ਛੱਡ ਦਿੱਤਾ, ਪਿੰਡ ਨਾ ਮੇਰੇ ਬੱਚੇ ਵੀ ਹੋ ਗਏ, ਉਹ ਮਾਂ ਉਡੀਕਦੀ ਆ, ਮੇਰਾ ਇੱਕ ਪੁੱਤ ਜਿਹਨੂੰ ਮੈਂ ਦੇਖ ਦੇਖ ਕੇ ਜਿਉਂਦੀ ਸੀ, ਪਤਾ ਨਹੀਂ ਕਿੱਥੇ ਹੁਣ ਰਹਿ ਰਿਹਾ। ਕਹਿੰਦਾ ਮੈਂ ਉੱਥੇ ਹੀ ਕੰਮ ਕਾਰ 'ਚ ਸੈੱਟ ਹੋ ਗਿਆ, ਸ਼ਹਿਰ ਮੇਰੇ ਬੱਚੇ ਹੋ ਗਏ, ਅਤੇ ਕਿਸੇ ਨੇ ਮੇਰੇ ਨਾਲ ਦੇ ਪਹਿਚਾਣ ਵਾਲੇ ਨੇ ਸਾਧ ਸੰਗਤ ਜੀ ਮੇਰੀ ਮਾਂ ਨੂੰ ਮੇਰਾ ਐਡਰੈਸ ਦੱਸ ਦਿੱਤਾ ਵੀ ਫਲਾਨੀ ਥਾਂ ਰਹਿੰਦਾ, ਉਹ ਥਾਂ ਥਾਂ ਪੁੱਛਦੀ ਫਿਰਦੀ, ਉਹ ਮੇਰੇ ਲਾਲ ਨੂੰ ਦੇਖਿਆ ਕਿਸੇ ਨੇ। ਆਖੋ ਸਤਨਾਮ। ਕਹਿੰਦੇ ਅਚਾਨਕ ਉਹ ਸ਼ਹਿਰ ਦੇ ਵਿੱਚ ਮੇਰੀ ਮਾਂ ਆ ਗਈ, ਦਰਵਾਜ਼ਾ ਖੜਕਾਇਆ, ਦਰਵਾਜ਼ਾ ਖੜਕਾਇਆ, ਮੇਰਾ ਮੁੰਡਾ ਮੇਰਾ ਪੁੱਤਰ ਬਾਹਰ ਗਿਆ, ਦੇਖਿਆ ਅਤੇ ਬਾਹਰ ਇੱਕ ਕਰੂਪ ਜਿਹਾ ਚਿਹਰੇ ਵਾਲੀ ਔਰਤ ਖੜੀ ਹੈ, ਉਹ ਡਰ ਕੇ ਅੰਦਰ ਚਲਿਆ ਗਿਆ। ਜਦੋਂ ਗਿਆ ਅੰਦਰ ਭੱਜ ਕੇ, ਕਹਿੰਦਾ ਮੈਂ ਗੁੱਸੇ ਨਾਲ ਬਾਹਰ ਆਇਆ, ਸੁਰਿੰਦਰ ਕਹਿ ਰਿਹਾ, ਕਹਿੰਦਾ ਜਦ ਦੇਖਿਆ ਮੇਰੀ ਮਾਂ ਖੜੀ ਆ, ਮੈਂ ਉਹਨੂੰ ਧੱਕੇ ਮਾਰੇ ਅਤੇ ਆਖਿਆ ਕਿਉਂ ਮੇਰੇ ਪਿੱਛੇ ਪਈਆਂ ਮਾਂ, ਮੈਨੂੰ ਚੈਨ ਨਾ, ਜਿਉਂ ਲੈਣ ਦੇ, ਮੇਰੇ ਪੁੱਤ ਨੂੰ ਡਰਾਤਾ ਤੂੰ। ਆਖੋ ਸਤਨਾਮ।
ਕਿਉਂ ਚਲੀ ਜਾ ਇੱਥੋਂ? ਅਤੇ ਉਹ ਕਹਿ ਰਹੀ ਆ, ਪੁੱਤਰਾ ਚਲੀ ਜਾਂਦੀ ਹਾਂ, ਧੱਕੇ ਕਿਉਂ ਮਾਰਦਾ, ਮੈਂ ਤਾਂ ਆਪਣੇ ਪੁੱਤ ਨੂੰ ਦੇਖਣ ਆਈ ਸੀ, ਦੇਖ ਲਿਆ, ਮੈਨੂੰ ਸਬਰ ਆ ਗਿਆ। ਸਾਧ ਸੰਗਤ ਜੀ, ਇਹ ਸੱਚ ਹੈ, ਮੈਂ ਇੱਥੇ ਜਾਣਾ, ਇੱਥੇ ਜਾਣਾ। ਸਾਧ ਸੰਗਤ ਜੀ, ਜਿਹਦੇ ਬਜ਼ੁਰਗ ਮਾਪੇ ਘਰ ਬੈਠੇ ਨੇ, ਉਹਦੇ ਘਰ ਤੀਰਥ ਨੇ, ਉਹਦੀ ਸੇਵਾ ਰੱਬ ਦੀ ਹੋਈ ਸੇਵਾ ਹੈ। ਸਾਧ ਸੰਗਤ ਜੀ, ਇਹ ਅਕਸਰ ਬਹੁਤਿਆਂ ਨੇ ਆ ਗਿਆਨ ਬਹੁਤ ਥਾਵਾਂ ਤੋਂ ਸਾਨੂੰ ਮਿਲਦਾ, ਸਾਧ ਸਾਈ ਦੀਵਾਰਾਂ 'ਤੇ ਲਿਖਿਆ ਮਿਲਦਾ, ਗੱਡੀਆਂ ਦੇ ਅਕਸਰ, ਅਤੇ ਇਹ ਵੀ ਇਹ ਸੁਣਿਆ ਵੀ ਹੋਇਆ, ਪੜ੍ਹ ਲਈਏ ਅਤੇ ਆਪਣੇ ਅੰਦਰ ਚਾਤੀ ਮਾਰ ਲਾ। ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ, ਮਾਂ ਮੈਂ ਤਾਂ ਛਬੀਲ ਲੱਗੀ ਆ ਗੁਰਦੁਆਰੇ, ਉੱਥੇ ਜਾਣਾ, ਉਹ ਦੁੱਧਾਂ ਨਾਲ ਪੁੱਤ ਪਾਲ ਕੇ। ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ, ਦੁੱਧਾਂ ਨਾਲ ਪੁੱਤ ਪਾਲ ਕੇ। ਹਰ ਚੌਥੇ ਘਰ ਦੀ ਕਹਾਣੀ ਹੈ ਸਾਧ ਸੰਗਤ। ਭਾਗਾਂ ਵਾਲੇ ਨੇ ਮਾਪੇ, ਜਿਨ੍ਹਾਂ ਦੇ ਬੱਚੇ ਕਹਿਣੇ ਵਿੱਚ ਨੇ, ਸਾਰਾ ਕੁਛ ਹੈ। ਗੁਰੂ ਘਰ ਵੀ ਸੇਵਾ, ਇਹ ਨਹੀਂ ਹੈ ਵੀ ਇਕੱਲੀ ਗੁਰੂ ਘਰ ਹੀ। ਮਾਂ ਪਿਓ ਬਿਲਕਦੇ ਨੇ, ਤਰਸਦੇ ਨੇ ਬਾਪੂ ਰੋਟੀ ਦੇ ਟੁੱਕ ਨੂੰ, ਅਤੇ ਪੁੱਤ ਕਹਿੰਦਾ ਨਹੀਂ ਨਹੀਂ ਮੈਂ, ਅਤੇ ਧੱਕੇ ਮਾਰੇ। ਸੁਰਿੰਦਰ ਆਖ ਰਿਹਾ ਆਪਣੀ ਉਹ ਹੱਡ ਬੀਤੀ 'ਚ ਲਿਖ ਰਿਹਾ, ਸਾਧ ਸੰਗਤ ਜੀ, ਕਹਿੰਦਾ ਮਾਂ ਨੂੰ ਧੱਕੇ ਮਾਰੇ, ਕੱਢ ਦਿੱਤਾ। ਮਾਂ ਕਹਿੰਦੀ ਕੋਈ ਨਹੀਂ ਪੁੱਤ, ਮੈਨੂੰ ਤੇਰੇ 'ਤੇ ਕੋਈ ਸ਼ੇਕਵਾ ਨਹੀਂ ਗਾ। ਆਖੋ ਸਤਨਾਮ, ਬਸ ਮੇਰਾ ਮਨ ਭਰ ਗਿਆ, ਰੱਜ ਗਿਆ, ਕਿੰਨਾ ਟਾਈਮ ਹੋ ਗਿਆ, ਮੈਂ ਤੈਨੂੰ ਦੇਖਿਆ ਹੀ ਨਹੀਂ ਸੀਗਾ।
ਮੈਂ ਤਾਂ ਇੱਕ ਤੇਰੀ ਝਲਕ ਪਾਉਣ ਆਈ ਸੀ ਮੇਰਾ ਲਾਲ। ਖੁਸ਼ ਆ ਤੂੰ ਜਿੰਨਾ ਪੁੱਤ ਕਪੁੱਤ ਹੋ ਸਕਦੇ ਆ, ਮਾਪੇ ਕੁਮਾਪੇ ਨਹੀਂ ਹੋ ਸਕਦੇ। ਸੱਚ ਹੈ ਬਸ ਮੇਰੀਆਂ ਅਸੀਸਾਂ ਤੇਰੇ ਨਾਲ ਏ, ਜੁਗ ਜੁਗ ਜੀ ਪੁੱਤ ਤੂੰ ਮੇਰੇ ਆ। ਘਰੇ ਆ ਗਿਆ, ਮਾਂ ਘਰ ਆ ਗਈ, ਕਹਿੰਦਾ ਉਹ ਸੁਰਿੰਦਰ ਕਹਿੰਦਾ ਕਈ ਸਾਲ ਲੰਘ ਗਏ, ਕਹਿੰਦਾ ਫਿਰ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਕਹਿੰਦਾ ਇੱਕ ਸਮਾਗਮ ਰੱਖਿਆ, ਉਹਨਾਂ ਨੇ ਇਹ ਲਿਸਟ ਬਣਾਈ ਜਿਹੜੇ ਚੰਗੇ ਤਰੱਕੀਆਂ ਕਰ ਗਏ, ਚੰਗੀਆਂ ਨੌਕਰੀਆਂ 'ਤੇ ਨੇ, ਵੀ ਇੱਥੋਂ ਪੜ੍ਹੇ ਹੋਏ ਨੇ, ਉਹਨਾਂ ਦਾ ਸਕੂਲ 'ਚ ਸੱਦ ਕੇ ਸਨਮਾਨ ਕਰਨਾ। ਕਹਿੰਦਾ ਮੈਨੂੰ ਵੀ ਚਿੱਠੀ ਭੇਜਤੀ, ਸਮਾਂ ਰੱਖਿਆ ਹੋਇਆ ਸੀ। ਕਹਿੰਦਾ ਜਿਹੜਾ ਦਿਨ ਸੀ ਨਾ ਮੈਂ ਚਲਿਆ ਗਿਆ, ਕਹਿੰਦਾ ਮੈਂ ਆਪਣੇ ਘਰੇ ਨਹੀਂ ਗਿਆ, ਸਿੱਧਾ ਸਕੂਲ ਹੀ ਚਲਿਆ ਗਿਆ। ਆਖੋ ਸਤਨਾਮ, ਵੀ ਇੰਨੇ ਸਾਲ ਹੋ ਗਿਆ ਮਾਂ ਨੂੰ ਮਿਲਿਆ ਨਹੀਂ, ਮੈਂ ਘਰੇ ਚਲਿਆ ਜਾਵਾਂ। ਕਹਿੰਦਾ ਨਾ ਮੇਰੇ ਮਨ 'ਚ ਕੋਈ ਦਰਦ ਨਹੀਂ ਸੀਗਾ ਵੀ ਮੇਰੀ ਮਾਂ ਵੀ ਰਹਿੰਦੀ ਆ ਇੱਥੇ, ਜਿਹਨੇ ਐਡਾ ਪਾਲ ਕੇ ਕਰ ਦਿੱਤਾ, ਇਸ ਮੁਰਾਤਬੇ 'ਤੇ ਪਹੁੰਚਾ ਦਿੱਤਾ, ਅਤੇ ਚਲਿਆ ਗਿਆ, ਸਮਾਗਮ ਹੋ ਗਿਆ। ਅਤੇ ਫਿਰ ਜਦੋਂ ਮੈਂ ਸਿੱਧਾ ਹੀ ਜਾਣ ਲੱਗਿਆ ਨਾ ਸ਼ਹਿਰ ਨੂੰ, ਅਤੇ ਮਨ ਵਿੱਚ ਆਇਆ ਉਹ ਮਨਾ, ਉਹ ਜਿੱਥੇ ਮਾਂ ਰਹਿੰਦੀ ਹੈ ਉਹ ਘਰ ਤਾਂ ਤੇਰਾ ਹੀ ਹੈ, ਦੋ ਸਿਆੜ ਵੀ ਨੇ। ਆਖੋ ਸਤਨਾਮ, ਚੱਲ ਤੂੰ ਜਾ ਕੇ ਦੇਖ ਤਾਂ ਲੈ। ਕਹਿੰਦਾ ਜਦੋਂ ਗਿਆ ਨਾ ਮੇਰੀ ਮਾਂ ਨੂੰ ਮਰਿਆ 4 ਦਿਨ ਹੋ ਗਏ ਸੀ, ਪਿੰਡ ਵਾਲਿਆਂ ਨੇ ਸੰਸਕਾਰ ਕਰ ਦਿੱਤਾ, ਗੁਆਂਢੀ ਆਇਆ ਮੈਨੂੰ ਇੱਕ ਚਿੱਠੀ ਦਿੱਤੀ, ਚਿੱਠੀ ਫੜਾਈ ਅਤੇ ਉਹਨੇ ਆਖਿਆ ਵੀ ਤੇਰੀ ਮਾਂ 4 ਦਿਨ ਪਹਿਲਾਂ ਮਰ ਗਈ ਆ। ਕਹਿੰਦਾ ਮੇਰੇ ਮਨ ਵਿੱਚ ਉਦੋਂ ਵੀ ਕੋਈ ਦਰਦ ਨਾ ਆਇਆ ਕੋਈ ਵੀ, ਕਹਿੰਦੇ ਮੈਂ ਇਹ ਕਿਹਾ ਸ਼ੁਕਰ ਆ ਖਹਿੜਾ ਛੁੱਟ ਗਿਆ। ਕਹਿੰਦੇ ਪਰ ਇੱਕ ਚਿੱਠੀ ਦੇ ਗਈ ਸੀ ਆ ਮੈਨੂੰ ਗੁਆਂਢ ਦੇ ਵਿੱਚ, ਅਤੇ ਉਹਨੇ ਆਖਿਆ ਇਹਨੂੰ ਖੋਲ੍ਹੀ ਨਾ, ਮੇਰਾ ਪੁੱਤ ਇੱਕ ਦਿਨ ਜ਼ਰੂਰ ਆਊਗਾ, ਇਹ ਉਹਨੂੰ ਫੜਾ ਦੀ। ਕਹਿੰਦੇ ਮੈਂ ਚਿੱਠੀ ਫੜ ਲਈ, ਮਨ 'ਚ ਕੋਈ ਸ਼ਿਕਵਾ ਨਾ ਕੋਈ ਰੋਸ ਨਾ। ਕਹਿੰਦਾ ਮੈਂ ਚਿੱਠੀ ਲੈ ਕੇ ਆਪਣੇ ਘਰ ਦੇ ਅੰਦਰ ਚਲਿਆ ਗਿਆ, ਬਹਿ ਗਿਆ ਅਤੇ ਮਨ ਵਿੱਚ ਆਇਆ ਚਿੱਠੀ ਖੋਲ੍ਹਾਂ ਤਾਂ ਸਹੀ। ਜਦ ਚਿੱਠੀ ਖੋਲ੍ਹੀ ਨਾ, ਪੜ੍ਹਨੀ ਸ਼ੁਰੂ ਕੀਤੀ, ਉਹ 'ਚ ਲਿਖਿਆ ਪਤਾ ਕੀ ਸੀ, ਉਹ ਸੁਰਿੰਦਰ ਆਪਣੀ ਹੱਡ ਬੀਤੀ 'ਚ ਲਿਖਦਾ। ਕਹਿੰਦਾ ਉਹਦੇ ਵਿੱਚ ਲਿਖਿਆ ਹੋਇਆ ਸੀ, ਪੁੱਤਰ ਮੈਂ ਤੈਨੂੰ ਅੱਜ ਦੱਸ ਦਿੰਦੀ ਹਾਂ, ਮੈਂ ਵੀ ਜਦੋਂ ਇਸ ਪਿੰਡ ਵਿੱਚ ਸੱਜ ਵਿਆਹੀ ਆਈ ਸੀ ਮੈਂ ਕੁਰੂਪ ਨਹੀਂ ਸੀ, ਮੈਂ ਵੀ ਦੂਜਿਆਂ ਦੀਆਂ ਤਰ੍ਹਾਂ ਬਹੁਤ ਸੋਹਣੀ ਸੀ। ਆਖੋ ਸਤਨਾਮ, ਮੇਰੇ ਵੀ 2 ਅੱਖਾਂ ਸੀ, ਮੈਂ ਬਹੁਤ ਸੋਹਣੀ ਸੀ, ਅਤੇ ਸਾਧ ਸੰਗਤ ਜੀ ਤੈਨੂੰ ਮੇਰੇ 'ਤੇ ਇਹੀ ਸ਼ਿਕਵਾ ਰਹਿੰਦਾ ਸੀ, ਮੇਰਾ ਚਿਹਰਾ ਕਰੂਪ ਆ, ਮੇਰੀ ਬੇਇੱਜ਼ਤੀ ਹੁੰਦੀ ਹੈ, ਮੇਰਾ ਨਿਰਾਦਰ ਹੁੰਦਾ, ਮੈਨੂੰ ਲੋਕ ਕੀ ਕਹਿਣਗੇ, ਮੇਰੇ ਦਾ ਸਾਥੀ ਕੀ ਕਹਿਣਗੇ, ਇਹਨਾਂ ਨੇ ਤੇਰੇ ਨਾਲ ਨਹੀਂ ਖੜ੍ਹਨਾ, ਇਹ ਕੀ ਕਹਿਣਗੇ। ਕਹਿੰਦੇ ਉਹ ਚਿੱਠੀ ਮੈਂ ਪੜ੍ਹ ਰਿਹਾ, ਉਹਦੇ ਵਿੱਚ ਲਿਖਿਆ ਹੋਇਆ, ਕਹਿੰਦੇ ਪੁੱਤਰ ਮੈਂ ਤੈਨੂੰ ਦੱਸ, ਜਦੋਂ ਤੂੰ ਬਚਪਨ ਦੇ ਵਿੱਚ ਮੇਰੀ ਗੋਦੀ ਸੀ ਨਾ, ਅਤੇ ਅਚਾਨਕ ਖੇਡਦਾ ਖੇਡਦਾ ਐਸਾ ਭਾਣਾ ਵਾਪਰਿਆ, ਤੇਰੇ ਅੱਖ ਦੇ ਵਿੱਚ, ਇੱਕ ਅੱਖ ਦੇ ਵਿੱਚ ਸਾਧ ਸੰਗਤ ਜੀ ਇੱਕ ਐਸਾ ਡੱਕਾ ਲੱਗਿਆ, ਤੇਰੀ ਅੱਖ ਖਤਮ ਹੋ ਗਈ, ਚਲੇ ਗਈ ਸੀ। ਬੜੀ ਡਾਕਟਰਾਂ ਦੇ ਮੈਂ ਤਰਲੇ ਮਿੰਤੇ ਕੀਤੇ, ਉਹ ਕਹਿੰਦੇ ਇਹ ਇੱਕ ਅੱਖ ਤੋਂ ਕਾਣਾ ਹੋਊਗਾ, ਇਹਦੀ ਅੱਖ ਨਹੀਂ ਹੁਣ। ਅਤੇ ਮੈਂ ਆਖਿਆ ਮੈਂ ਤਾਂ ਦੁਨੀਆ ਨੂੰ ਇੱਕ ਅੱਖ ਨਾ ਦੇਖ ਲੂੰ, ਪਰ ਮੇਰਾ ਪੁੱਤ 2 ਅੱਖਾਂ ਨਾ ਦੇਖੇ, ਮੇਰੀ 1 ਅੱਖ ਕੱਢ ਕੇ ਇਹਦੇ ਪਾ ਦਿਓ। ਕਹਿੰਦੇ ਪੁੱਤਰ ਮੇਰੇ 2 ਹੀ ਅੱਖਾਂ ਸੀ, ਜਿਹੜੀ ਤੇਰੀ ਆ ਸੱਜੀ ਅੱਖ ਪਾਈ ਹੋਈ ਆ, ਇਹ ਮੇਰੀ ਹੀ ਪਾਈ ਹੋਈ ਸੀ। ਮੈਂ ਤੈਨੂੰ ਸਾਰੀ ਜ਼ਿੰਦਗੀ ਦੱਸ ਕੇ ਦੁੱਖ ਨਹੀਂ ਦੇਣਾ ਚਾਹੁੰਦੀ ਸੀ। ਕਹਿੰਦੇ ਆ ਨਾ ਵੀ ਆਪ ਸਾਰੀ ਜ਼ਿੰਦਗੀ ਜਦੋਂ ਪਾਲਦੀਆਂ ਨੇ ਨਾ ਮਾਵਾਂ ਆਪਣੇ ਬੱਚਿਆਂ ਨੂੰ, ਆਪ ਗਿੱਲੀ ਥਾਂ ਅਤੇ ਬੱਚਿਆਂ ਨੂੰ ਸੁੱਕੀ ਥਾਂ ਉੱਤੇ, ਵੀ ਨਾ ਇਹਨਾਂ ਨੂੰ ਆਚ ਨਾ ਆਵੇ। ਉਹ ਸੁਰਿੰਦਰ ਕਹਿੰਦਾ ਮੇਰੀਆਂ ਫਿਰ ਉਦੋਂ ਭੁੱਬਾਂ ਨਿਕਲ ਗਈਆਂ, ਓਏ ਓਏ ਮੂਰਖਾ ਤੂੰ ਸਾਰੀ ਜ਼ਿੰਦਗੀ ਕੀ ਕਰਦਾ ਰਿਹਾ, ਉਹ ਤੇਰੇ ਮਾਂ ਪਿਓ ਤੂੰ ਤੂੰ ਕਹਿਣਾ ਮੈਂ ਗੁਰੂ ਨੂੰ ਮਨਾ ਲੂੰ, ਮੈਂ ਸਾਧ ਸੰਗ ਜੀ ਇਹ ਕਿਸੇ ਜਨਮ ਵੀ ਨਹੀਂ ਹੋ ਸਕਦਾ। ਆਖੋ ਸਤਨਾਮ, ਮਾਪੇ ਦੁਖੀ
ਸਾਧ ਸੰਗ ਜੀ ਇਹ ਨਹੀਂ ਦੇਖਣਾ ਅੱਗੇ ਤੂੰ ਕਿੰਨਾ ਸੁਖੀ, ਤੇਰੀਆਂ ਕਿੰਨੀਆਂ ਮਹਿਲ ਮਾੜੀਆਂ, ਤੇਰੇ ਕਿੱਡੇ ਸ਼ੌਹਰਤ ਰੁਤਬੇ ਅਹੁਦੇ, ਉਹ ਨਹੀਂ ਨਹੀਂ ਤੇ ਤੋਂ ਸੰਸਾਰ ਕਿੰਨਾ ਕੁ ਸੁਖੀ ਸੀ, ਖੁਸ਼ ਸੀਗਾ, ਉਹ ਕਿਤੇ ਘਰ ਦੇ ਹੀ ਤਾਂ ਨਹੀਂ ਦੁਖੀ ਸੀ ਤੇ ਤੋਂ ਸਾਧ ਸੰਗ ਜੀ। ਤਾਂ ਤੇ ਸਾਧ ਸੰਗਤ ਜੀ ਮਾਂ ਜਿਹਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਕਿਤੇ ਨਾ ਆਵੇ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ, ਐਪਰ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਸੁੱਕ ਜਾਂਦੇ। ਸਾਧ ਸੰਗਤ ਜੀ ਬੂਟਾ ਪਤਾ ਕਦੋਂ ਸੁੱਕਦਾ, ਜਦੋਂ ਜੜ ਵੱਢ ਦਿਓ ਬੂਟਾ ਸੁੱਕ ਜਾਂਦਾ, ਪਰ ਲਿਖਣ ਵਾਲਾ ਲਿਖਦਾ ਸਾਧ ਭਾਈ ਵੀਰ ਸਿੰਘ ਜੀ ਕਹਿੰਦੇ ਮਾਂ ਇੱਕ ਐਸਾ ਬੂਟਾ ਜੇ ਉਹਦਾ ਫੁੱਲ ਸੁੱਕ ਜਾਵੇ ਤਾਂ ਮਾਂ ਸੁੱਕ ਜਾਂਦੀ। ਆਖੋ ਸਤਨਾਮ, ਆਪਣੇ ਉਹ ਤਾਂ ਬੱਚਿਆਂ ਨੂੰ ਦੇਖ ਦੇਖ ਕੇ ਮਾਪੇ ਕਦਰ ਕਰੀਏ। ਸਾਧ ਸੰਗਤ ਜੀ ਜਿਹਦੇ ਪਾਸ ਜਿਉਂਦੇ ਜਾਗਦੇ ਤੀਰਥ ਬੈਠੇ ਨੇ ਨਾ ਨਾ ਦੇਖੀ ਕਿਤੇ, ਇਹ ਗੱਲ ਯਾਦ ਰੱਖੀ, ਜੈਸਾ ਬੀਜਾ ਸੋ ਲਾਉਣਾ ਕਰਮਾ ਸੰਧੜਾ ਖੇਤ। ਭਾਵੇਂ ਤੂੰ ਨੂੰਹ ਹੈ ਭਾਵੇਂ ਤੂੰ ਪੁੱਤਰ ਹੈ, ਮਾਪੇ ਸਾਧ ਸਾਈਂ ਜੇ ਜੈਸਾ ਕਰਮ ਮਾਪਿਆਂ ਨਾਲ ਕਰ ਰਿਹਾ, ਕੱਲ੍ਹ ਨੂੰ ਤੇਰੀ ਔਲਾਦ ਵੀ ਤਿਆਰੇ ਪਈ ਆ।